ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ MP ਭੇਜੇ ਜਾਣ, ਕਿਉਂਕਿ 15 ਸਾਲ ਉਦੋਂ ਮਹਾਰਾਣੀ ਪ੍ਰਨੀਤ ਕੌਰ MP ਰਹੀ ਆ, ਪਰ 15 ਸਾਲ 'ਚ 1 ਰੁਪਈਏ ਦਾ ਕੰਮ ਨਹੀਂ ਕੀਤਾ। 5 ਸਾਲ ਡਾਕਟਰ ਗਾਂਧੀ ਰਿਹਾ, ਉਹਨਾਂ ਨੇ 5 ਸਾਲਾਂ 'ਚ ਕੁਛ ਨਹੀਂ ਕੀਤਾ, ਇਕੱਲੇ ਆਪਣੇ ਮਰੀਜ਼ ਦੇਖੇ ਨੇ। ਇਸ ਕਰਕੇ ਲੋਕ ਚਾਹੁੰਦੇ ਨੇ ਉਹਨਾਂ ਨੂੰ ਭੇਜੀਏ ਜਿਨ੍ਹਾਂ ਦੀ ਪੰਜਾਬ ਸਰਕਾਰ ਹੈ, ਤਾਂ ਕਿ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਉਹ ਪੰਜਾਬ ਦੀ ਗੱਲ ਕਰ ਸਕਣ, ਪੰਜਾਬ ਦੇ ਰੁਕੇ ਹੋਏ ਮਸਲੇ ਉਹਨਾਂ ਨੂੰ ਹੱਲ ਕਰਵਾ ਸਕਣ, ਪੰਜਾਬ ਦਾ ਰੁਕਾ ਹੋਇਆ ਪੈਸਾ ਉਹ ਲੈ ਕੇ ਆ ਸਕਣ, ਤਾਂ ਕਿ ਅਸੀਂ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਕਰ ਸਕੀਏ। ਦਾਵਾ ਤੇ ਵਾਅਦਾ ਕੀਤਾ ਜਾ ਰਿਹਾ BJP ਵੱਲੋਂ, ਕਹਿੰਦਾ ਇਸ ਵਾਰ 400 ਪਾਰ, ਕੀ ਲੱਗਦਾ 400 ਪਾਰ ਹੋਊਗੀ? ਫੂਕ ਨਿਕਲ ਗਈ 400 ਦੀ, 400 ਦੀ ਫੂਕ ਨਿਕਲ ਗਈ ਉਹਨਾਂ ਦੀ। ਹੁਣ ਤਾਂ ਕਹਿੰਦੇ ਨਹੀਂ, ਪਹਿਲਾਂ ਕਹਿੰਦੇ ਤੇ ਜਦੋਂ ਸ਼ੁਰੂ ਹੋਇਆ ਸੀ, ਪਰ ਹੁਣ ਦੇਸ਼ ਦੇ ਲੋਕ ਸਾਰੇ ਦੁਖੀ। ਇਸ ਕਰਕੇ BJP ਦਾ ਤੁਸੀਂ ਦੇਖਿਓ 150 ਆ ਜਾਏ, ਬੜੀ ਵੱਡੀ ਗੱਲ ਹੈ, ਸਰਕਾਰ ਇੰਡੀਆ ਅਲਾਇੰਸ ਦੀ ਆਊਗੀ। ਸੋ ਇਹਦੇ ਨਾਲ ਹੀ ਲੋਕ BJP ਤੋਂ ਦੁਖੀ ਨੇ, ਔਰ ਉਹ ਪੰਜਾਬ 'ਚ ਇੱਕ ਸੀਟ ਨਹੀਂ ਦਿੰਦੇ, ਹਰਿਆਣੇ 'ਚ ਨਹੀਂ ਦਿੰਦੇ, ਜੰਮੂ 'ਚ ਨਹੀਂ ਦਿੰਦੇ, ਹਿਮਾਚਲ 'ਚ ਨਹੀਂ ਦਿੰਦੇ, ਦਿੱਲੀ 'ਚ ਨਹੀਂ ਦਿੰਦੇ। ਆਹ ਤਾਂ ਸਾਰਾ ਸਾਫ ਹੀ ਆ, ਅੱਗੇ UP 'ਚ, ਬਿਹਾਰ, ਬੰਗਾਲ, ਸਾਰੇ ਕਿਤੇ ਜਿਹੜੀ BJP ਆ ਉਹਦਾ ਗ੍ਰਾਫ ਡਾਊਨ ਆ। BJP ਨੂੰ ਤਾਂ ਆਪਦੀ ਜਮਾਨਤ ਨਾ ਜ਼ਬਤ ਹੋ ਜਾਏ, ਇਹਦੀ ਸੋਚ ਲੱਗੀ ਪਈ। ਸੁਖਬੀਰ ਬਾਦਲ ਕਹਿੰਦਾ ਇਸ ਵਾਰ ਸਾਡੀ ਕਹਿੰਦਾ ਸਰਕਾਰ ਆ ਜੂਗੀ, ਕਹਿੰਦਾ ਬਸ, ਕਹਿੰਦਾ ਹੁਣ ਖੁਸ਼ ਹੋ ਜਾਣਾ, ਕਹਿੰਦਾ ਲੋਕ ਸਭਾ 'ਚ। ਹਾਂ, ਇਕੱਲੀ ਇੱਕ ਉਹਦੇ ਪੰਜਾਬ 'ਚ ਕਹਿੰਦਾ ਪੂਰਾ ਰਾਜ ਕਰਾਂਗੇ ਹੁਣ। ਕਿਸ ਹਿਸਾਬ 'ਤੇ ਕਹਿੰਦਾ 13-13 ਸੀਟਾਂ ਦੇ? ਰੋਡ ਸ਼ੋਅ 'ਚ ਨਹੀਂ, ਕੋਈ ਰੋਡ ਸ਼ੋਅ 'ਚ ਨਹੀਂ ਜਾਂਦਾ, ਕੋਈ ਲੈਣਾ ਨਹੀਂ, ਕੋਈ ਦੇਣਾ, ਇਕੱਲਾ ਛਤਰੀ ਲਾ ਕੇ ਕੋਈ ਦੇਖੇ ਨਾ ਦੇਖੇ ਹੱਥ ਹਿਲਾਈ ਜਾਂਦਾ ਬੋਲਿਆਂ ਵਾਂਗੂ, ਕੁਛ ਨਹੀਂ ਹੈ। ਅਕਾਲੀ ਦਲ ਨੇ ਜੇ ਜਦੋਂ ਸਰਕਾਰ ਦੀ ਉਦੋਂ ਚੰਗਾ ਕੀਤਾ ਹੁੰਦਾ, ਤਾਂ ਅੱਜ ਆਹ ਹਾਲਾਤ ਨਹੀਂ ਹੁੰਦੇ। ਅਕਾਲੀ ਦਲ ਤਾਂ ਹੁਣ ਸਮਾਂ ਨਿਕਲ ਚੁੱਕਿਆ, ਡਾਇਨਾਸੋਰ ਆ ਜਾਣਗੇ, ਅਕਾਲੀ ਨਹੀਂ ਹੁੰਦੇ।